और नहीं बुलाया यार ब्याह ते आपां ने किसे नूं, आपां किसे नूं कार्ड नहीं दित्ता हैगा, सीधी गल है ना। ਤੁਹਾਡਾ ਨਵੀਂ ਵੀਡੀਓ ਦੇ ਵਿੱਚ, ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਏ। ਬੀਤੇ ਦਿਨ ਸਾਜਨ ਤਾਣੀਆਂ ਦਾ ਵਿਆਹ ਹੋ ਕੇ ਟਿਆ, ਵਿਆਹ ਦੇ ਉੱਪਰ ਬਹੁਤ ਸਾਰੇ ਇਨਫਲੂਐਂਸਰ ਟਿਕਟੋਕਰ ਪਹੁੰਚੇ ਸੀ, ਪਰ ਉੱਥੇ ਹੀ ਉਹਨਾਂ ਦੇ ਨਾਲ ਦੋ ਕੁੜੀਆਂ ਚੰਡੀਗੜ੍ਹ ਰਹਿੰਦੀਆਂ ਹੁੰਦੀਆਂ ਸੀ। ਉਹਨਾਂ ਦੇ ਫਲੈਟ ਦੇ ਵਿੱਚ ਉਹਨਾਂ ਦੇ ਨਾਲ ਅਕਸਰ ਹੀ ਰੀਲਾਂ ਅਤੇ ਵੀਡੀਓਜ਼ ਦੇ ਵਿੱਚ ਨਜ਼ਰ ਆਉਂਦੀਆਂ ਹੁੰਦੀਆਂ ਸੀ, ਚਾਹਤ ਅਤੇ ਅਸੀਸ ਪ੍ਰੀਤ ਕੌਰ, ਜਿਨ੍ਹਾਂ ਨੂੰ ਤਾਣੀ ਨੇ ਆਪਣੇ ਵਿਆਹ ਦੇ ਉੱਪਰ ਕਾਰਡ ਨਹੀਂ ਦਿੱਤਾ, ਉਹਨਾਂ ਨੂੰ ਇਨਵਾਈਟ ਨਹੀਂ ਕੀਤਾ। ਸੋ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਪੋਸਟ ਨੀਚੇ ਜਾ ਕੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਤੁਹਾਨੂੰ ਉਹਨਾਂ ਨੇ ਕਾਰਡ ਕਿਉਂ ਨਹੀਂ ਦਿੱਤਾ। ਉੱਥੇ ਹੀ ਚਾਹਤ ਨੇ ਇੱਕ ਦੋ ਰਿਪਲਾਈ ਵੀ ਕੀਤੇ ਸੀਗੇ ਅਤੇ ਨਾਲ ਦੀ ਨਾਲ ਤਾਣੀ ਦੇ ਭਰਾ ਨੇ ਵੀ ਲਾਈਵ ਹੋ ਕੇ ਚਾਹਤ ਬਾਰੇ ਗੱਲਾਂ ਬਾਤਾਂ ਕੀਤੀਆਂ ਸੀ। ਸੋ ਜਿੰਨਾ ਵੀਡੀਓਜ਼ ਦਾ ਲਿੰਕ ਤੁਹਾਨੂੰ ਲਾਸਟ 'ਤੇ ਮਿਲ ਜਾਊਗਾ। ਸੋ ਬੀਤੇ ਦਿਨ ਚਾਹਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ, ਪਹਿਲਾਂ ਤੁਸੀਂ ਉਹ ਵੀਡੀਓ ਦੇਖੋ। ਹਾਂਜੀ, ਤੁਸੀਂ ਵੀਡੀਓ ਤਲੀ ਹੁਣੀ ਦੇਖਦੇ ਹੋ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇਸ ਵੀਡੀਓ ਨੀਚੇ ਕਮੈਂਟ ਕਰਦੇ ਪਏ ਨੇ, ਜਿਵੇਂ ਕਿ ਇੱਕ ਨੇ ਲਿਖਿਆ ਕਿ ਤਾਣੀਆਂ ਨੇ ਵਿਆਹ ਦੇ ਉੱਪਰ ਨਹੀਂ ਸੱਦਿਆ ਤਾਂ ਹੀ ਕਹੀ ਜਾਣੀ ਆ, ਅਤੇ ਉਸ ਤੋਂ ਬਾਅਦ ਅਗਲੇ ਨੇ ਲਿਖ ਕਿ ਤਾਣੀਆਂ ਨੂੰ ਕਹਿ ਰਹੀ ਆ ਇਹ। ਉਸ ਤੋਂ ਬਾਅਦ ਅਗਲੇ ਨੇ ਲਿਖ ਕਿ ਪਹਿਲਾਂ ਇਹ ਦੱਸ ਤੈਨੂੰ ਤਾਣੀਆਂ ਸਾਜਨ ਨੇ ਵਿਆਹ 'ਤੇ ਕਿਉਂ ਨਹੀਂ ਸੱਦਿਆ, ਜਨਤਾ ਜਵਾਬ ਮੰਗ ਰਹੀ ਆ ਤੇਰੇ ਤੋਂ। ਅਤੇ ਉਸ ਤੋਂ ਬਾਅਦ ਅਗਲੇ ਨੇ ਲਿਖ ਕਿ ਤਾਣੀਆਂ ਨੇ ਵਿਆਹ 'ਤੇ ਨਹੀਂ ਬੁਲਾਇਆ ਤੈਨੂੰ, ਅਤੇ ਇੱਦਾਂ ਦੇ ਕਮੈਂਟ ਨੇ ਜਿਹੜੇ ਕਿ ਇਹਨਾਂ ਦੀ ਪੋਸਟਾਂ ਨੀਚੇ ਬਹੁਤ ਸਾਰੇ ਲੋਕ ਕਰਦੇ ਪਏ ਨੇ। ਤਾਣੀਆਂ ਅਤੇ ਸਾਜਨ ਨੇ ਇਹਨਾਂ ਨੂੰ ਵਿਆਹ ਦੇ ਉੱਪਰ ਨਹੀਂ ਬੁਲਾਇਆ ਅਤੇ ਹੁਣ ਉਸ ਨੂੰ ਲਾ ਕੇ ਵੀਡੀਓਜ਼ ਪਾਉਂਦੇ ਪਏ ਨੇ। ਬਾਕੀ ਤਾਣੀਆਂ ਸਾਜਨ ਨੂੰ ਮੁਬਾਰਕਾਂ ਜ਼ਰੂਰ ਦੇ ਕੇ ਜਾਇਓ ਕਮੈਂਟ ਬਾਕਸ ਦੇ ਵਿੱਚ। ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ, ਰੱਬ ਰਾਖਾ।